ਸਵਾਲ ਚੋਣਾਂ ਨੂੰ ਵੇਖਦੇ ਹੋਏ ਰਾਜਨੀਤਿਕ ਪਾਰਟੀਆਂ ਵੱਲੋਂ ਸਰਗਰਮੀਆਂ ਵਿੱਚ ਲਗਾਤਾਰ ਤੇਜ਼ੀ ਲਿਆਂਦੀ ਜਾ ਰਹੀ ਹੈ ਹੁਣ ਮੁਲਾਜ਼ਮ ਜਥੇਬੰਦੀਆਂ ਵੀ ਚੋਣਾਂ ਲਈ ਆਪਣੇ ਪਸੰਦੀਦਾ ਉਮੀਦਵਾਰ ਨੂੰ ਸਮਰਥਨ ਦੇਣਾ ਸ਼ੁਰੂ ਕਰ ਚੁੱਕੀਆਂ ਨੇ ਇਸੇ ਦੇ ਤਹਿਤ ਮੁਲਾਜ਼ਮ ਵਿੰਗ ਅਕਾਲੀ ਦਲ ਪੰਜਾਬ ਕਰਮਜੀਤ ਸਿੰਘ ਪਕੜਾਣਾ ਗਰੁੱਪ ਵੱਲੋਂ ਮਾਲਵਾ ਜ਼ੋਨ ਪ੍ਰਧਾਨ ਗੁਰਪ੍ਰੀਤ ਰਾਜੂ ਖੰਡਾ ਦੀ ਅਗਵਾਈ ਹੇਠ ਕਾਂਗਰਸ ਨੂੰ ਪੂਰੀ ਤਰ੍ਹਾਂ ਪਛਾੜਨ ਲਈ ਲੋਕ ਸਭਾ ਹਲਕਾ ਪਟਿਆਲਾ ਤੋਂ ਅਕਾਲੀ ਦਲ ਉਮੀਦਵਾਰ surjit singh rakhra ਨਾਲ ਵਿਸ਼ੇਸ਼ ਮੀਟਿੰਗ ਕਰ ਜਥੇਬੰਦੀ ਵੱਲੋਂ ਉਹਨਾਂ ਦੀ ਚੋਣ ਮੁਹਿੰਮ ਨੂੰ ਸੰਭਾਲਦੇ ਹੋਏ ਹਲਕੇ ਦੇ ਸਾਰੇ ਕਸਬਿਆਂ ਸ਼ਹਿਰਾਂ ਦੇ ਹਰ ਵੋਟਰ ਤੱਕ ਪਹੁੰਚਾਉਣ ਦਾ ਐਲਾਨ ਕੀਤਾ ਮਾਲੀਆਂ ਨੇ ਲੋਕ 2 ਸਾਲ ਦੇ ਵਿੱਚ ਪੂਰੇ ਤੰਗ ਆ ਗਏ ਸੋ ਉਹਨਾਂ ਦੀਆਂ ਨੀਤੀਆਂ ਦੇ ਖਿਲਾਫ ਅੱਜ ਸਾਰੇ ਜਥੇਬੰਦੀਆਂ ਇਕੱਠੀਆਂ ਹੋ ਰਹੀਆਂ ਨੇ ਹਰ ਬੰਦਾ ਕਹਿੰਦਾ ਵੀ ਕਾਂਗਰਸ ਨੂੰ ਥੱਲੇ ਲੈ ਕੇ ਆਉਣਾ ਹੈ ਇਹ ਅੱਜ ਸ਼ੋਮਨੀ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਸਰਕਾਰ ਦੇ ਨਾਲ ਖੜੇ ਨੇ ਤੇ ਬਹੁਤ ਵੱਡਾ ਵਿਸ਼ਵਾਸ ਦਵਾਇਆ ਜਿੱਦਾਂ ਬਣਾ ਨੇ ਵਿਸ਼ਵਾਸ ਦਵਾਇਆ ਕੋਈ ਦੁਨੀਆ ਦੀ ਤਾਕਤ ਹੈ ਨਹੀਂ ਕਿ ਅਸੀਂ ਪਿੱਛੇ ਰਹਿ ਜਾਈਏ ਬਹੁਤ ਵੱਡੀ ਸਾਡੀ ਜਿੱਤ ਹੋਣੀ ਹੈ ਤੇ ਸ਼ੋਮਨੀ ਅਕਾਲੀਵਾਲੇ ਨੇ ਅੱਗੇ ਚੱਲਣ ਦੀ ਗੱਲ ਚਾਹਣਾ ਕਿਉਂਕਿ ਇਹ ਜਿਹੜੀ ਸਰਕਾਰ ਬਣੀ ਸੀ ਇਹ ਝੂਠੇਵਾਦੇ ਤੇ ਬਣੀ ਸੀ ਉਹ ਝੂਠੇਵਾਦੇ ਇਹਨਾਂ ਨੇ ਇੰਨੇ ਕੀਤੇ ਸੀ ਵੀ ਉਹ ਸਰਕਾਰ ਤਾਂ ਬਣਾ ਲਈ ਪਰ ਉਸ ਤੋਂ ਬਾਅਦ ਦੇ ਵਿੱਚ ਇਹ ਕੰਮ ਕਰਨ ਦੀ ਨਹੀਂ ਸੰਗੇ ਸੋ ਅੱਜ ਸਾਰੇ ਲੋਕਾਂ ਨਾਲ ਤੰਗ ਨੇ ਤੇ ਲੋਕ ਇਹਨਾਂ ਨੂੰ ਇਲੈਕਸ਼ਨਾਂ ਦੇ ਵਿੱਚ ਦੱਸਣਗੇ ਕਿ ਇਹਨਾਂ ਨੇ ਕਿੰਨਾ ਲੋਕਾਂ ਨੂੰ ਨੁਕਸਾਨ ਕੀਤਾ ਹੈ ਲੋਕ ਸਮਝ ਚੁੱਕੇ ਆ ਕਿ ਕਾਂਗਰਸ ਪਾਰਟੀ ਨੇ ਝੂਠ ਬੋਲ ਕੇ ਲੋਕਾਂ ਨੂੰ ਗੁੰਮਰਾਹ ਕਰਕੇ ਗੁਰਗਰਾ ਗੁੜਕਾ ਸਾਹਿਬ ਦੀ ਸੌ ਚੱਕੇ ਜੋ ਵਾਅਦੇ ਕੀਤੇ ਸੀ ਉਹ ਸਾਰੇ ਵਾਅਦੇ ਸਰਕਾਰ ਭੱਜ ਚੁੱਕੀ ਹੈ ਸਰਕਾਰ ਫੇ ਹੋ ਚੁੱਕੀ ਹੈ ਲੋਕਾਂ ਦਾ ਕਿਸਾਨਾਂ ਦਾ ਮਜ਼ਦੂਰਾਂ ਦਾ ਮਲਾਜ਼ਮਾਂ ਦਾ ਵਪਾਰੀਆਂ ਦਾ ਵਿਸ਼ਵਾਸ ਇਸ ਕਾਂਗਰਸ ਸਰਕਾਰ ਤੋਂ ਉੱਠ ਗਿਆ ਤੇ ਲੋਕ ਚਾਹੁੰਦੇ ਨੇ ਕਿ ਜੋ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਨੇ ਉਹਨਾਂ ਨੂੰ ਵੱਧ ਤੋਂ ਵੱਧ ਵੋਟਾਂ ਪਾ ਕੇ ਜਿਤਾਈਏ ਕਿਉਂਕਿ ਜੋ ਅਕਾਲੀ ਦਲ ਦੀ ਸਰਕਾਰ ਵੇਲੇ ਭਾਜਪਾ ਸਰਕਾਰ ਵੇਲੇ ਜੋ ਵਾਅਦੇ ਕੀਤੇ ਸੀ ਲੋਕਾਂ ਨਾਲ ਉਹ ਸਾਰੇ ਵਾਅਦੇ ਪੂਰੇ ਕੀਤੇ ਆ ਤੇ ਖਾਸ ਕਰਕੇ ਨੌਜਵਾਨਾਂ ਦੀ ਗੱਲ ਕਰ ਲਈਏ ਮਲਾਜ਼ਮਾਂ ਦੀ ਗੱਲ ਕਰ ਲਈਏ ਕਿਸਾਨਾਂ ਦੀ ਗੱਲ ਕਰ ਲਈਏ ਇਹ ਤੋਂ ਸਰਕਾਰ ਮੁਕਰ ਚੁੱਕੀ ਆ ਤੇ ਲੋਕਾਂ ਨੇ ਮਨ ਬਣਾਇਆ ਕਿ ਆਉਂਦੀਆਂ ਜਿਹੜੇ ਪਾਰਲੀਮੈਂਟ ਦੀ ਚੋਣਾਂ ਨੇ ਇਹਦੇ ਵਿੱਚ ਅਕਾਲੀ ਦਲ ਦੇ ਉਮੀਦਵਾਰ ਭਾਜਪਾ ਦੇ ਉਮੀਦਵਾਰ ਜਿਤਾਇਆ ਜਾਵੇ ਤੇ ਦੁਬਾਰਾ ਨਰਿੰਦਰ ਮੋਦੀ ਜੀ ਐਨਡੀਆ ਦੀ ਸਰਕਾਰ ਦੁਆਰਾ ਬਣਾਈ ਜਾਵੇ ਸੋ ਮੈਂ ਸਮਝਦਾ ਕਿ ਇਸ ਇਲੈਕਸ਼ਨ ਦੇ ਵਿੱਚ ਜੋ 2022 ਦੇ ਵਿੱਚ ਅਕਾਲੀ ਸਲ ਭਾਰਤੀ ਜਨਤਾ ਪਾਰਟੀ ਸਰਕਾਰ ਬਣਨੀ ਆ ਇਸ ਇਲੈਕਸ਼ਨ ਦੇ ਵਿੱਚ ਇਹ ਨਤੀਜਿਆਂ ਨੇ ਉਹ ਸਰਕਾਰ ਦਾ ਮੂਡ ਬਣਨਾ ਸੋ ਅਸੀਂ ਵਿਸ਼ਵਾਸ ਦੋ ਉਹਨਾਂ ਖਾਸ ਕਰਕੇ ਪਟਿਆਲਾ ਪਾਰਲੀਮੈਂਟ ਲਈ ਫਤਿਹਗੜ੍ਹ ਪਾਰਲੀਮੈਂਟ ਵਾਸਤੇ ਅਜ ਤੋਂ ਰਖੜਾ ਸਾਹਿਬ ਨੇ ਜਜ ਜਿਹੜੇ ਵੀ ਨਮਾਇਦੇ ਸਾਨੂੰ ਚੁਣ ਕੇ ਪਾਰਟੀ ਦੇਊਗੀ ਤਾਂ ਉਹਨਾਂ ਨੂੰ ਵਾਧੂ ਵੋਟਾਂ ਪਾ ਕੇ ਦਿਤਾਵਾਂਗੇ ਤੇ ਕੰਮਜਬ ਕਰਾਂਗੇ। ਬੰਦੀਆਂ ਆਈਆਂ ਨਹੀਂ ਮੇਰੇ ਨਾਲ ਜੋ ਮੁਲਾਜ਼ਮ ਬਿੰਗਜ ਨੇ ਅਸੀਂ ਅੱਜ ਰਾਜੂ ਖੰਡਾ ਸਾਹਿਬ ਸਾਡੇ ਹਲਕਾ ਮਲੋ ਤੋਂ ਜਿਹੜੇ ਮਾਲਵਾ ਜ਼ੋਨ ਦੇ ਪ੍ਰਧਾਨ ਨੇ ਜੂਸ ਦੇ ਇਹਨਾਂ ਦੀ ਗਾਇਚ ਅੱਜ ਮੀਟਿੰਗ ਕੀਤੀ ਹੈ ਤੇ ਰਖੜਾ ਸਾਹਿਬ ਨੂੰ ਵਿਸ਼ਵਾਸ ਦਵਾਇਆ ਸੀ ਮਲਾਜਮ ਬਿੰਗ ਸਰੋਮਣੀ ਕਾਲੀਦਾੜ ਦਾ ਇੱਕ ਸਿਪਾਹੀ ਹੋਣ ਦੇ ਨਾਤੇ ਅਸੀਂ ਸਾਰੀਆਂ ਜਥੇਬੰਦੀਆਂ ਦੀ ਪੂਰੇ ਇਸ ਜ਼ਿਲ੍ਹੇ 'ਚ ਡਿਊਟੀ ਲਾ ਕੇ ਵੈਸੇ ਤਾਂ ਪੰਜਾਬ 'ਚ ਤਾਂ ਕਰਨੀਓ ਕਰਨੀ ਹੈ ਇੱਥੇ ਜੋ ਰਖੜਾ ਸਾਹਿਬ ਨੇ ਕੰਮ ਕੀਤੇ ਹੈ ਤੋਂ ਲਾਹ ਮਿਸਾਲ ਸਾਡੇ ਮਲਾਜਮ ਖੁਸ਼ ਨੇ ਅਸੀਂ ਰਖੜਾ ਸਾਹਿਬ ਨੂੰ ਵੱਖੋ-ਵੱਖ ਡਿਪਾਰਟਮੈਂਟਾਂ 'ਚ ਆਪਣੀ ਪੂਰੀ ਬਾਹ ਲਾ ਕੇ ਜਿਤਾਵਾਂਗੇ ਇਹਨਾਂ ਸ਼ਬਦਾਂ ਨਾਲ ਮੈਂ ਧੰਨਵਾਦ ਕਰਦਾ ਰਾਜੂ ਖੰਨਾ ਜੀ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਨੂੰ ਇਹ ਜੇ ਸਿਆਣੇ ਬੜੇ ਵਧੀਆ ਇੱਕ ਸਹਾਦਾਨ ਦੇ ਲੜਲਾ ਆ ਤਾਂ ਕਿ ਅਸੀਂ ਇਹਨਾਂ ਨੂੰ ਜਿਤਾ ਕੇ ਪਾਰਲੀਮੈਂਟ 'ਚ ਭੇਜੀਏ